ਦਾ ਫਤਿਹ ਵਿੱਚ ਦੇਣਾ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੇ ਸਾਹਮਣੇ ਕਵਿਸ਼ਰੀ ਲੈ ਕੇ ਪੇਸ਼ ਹੋਏ ਹਾਂ। ਅਸੀਂ ਆਪਣੀ ਕਵਿਸ਼ਰੀ ਇਉਂ ਬਿਆਨ ਕਰ ਰਹੇ ਹਾਂ। ਗਲ ਵਿੱਚ ਪਿਸਟਲ ਹੱਥ ਵਿੱਚ ਫੜਿਆ ਤੀਰ ਡਰਾਵੇ ਵੈਰੀ ਨੂੰ, ਗਲ ਵਿੱਚ ਪਿਸਟਲ ਹੱਥ ਵਿੱਚ ਫੜਿਆ ਤੀਰ ਡਰਾਵੇ ਵੈਰੀ ਨੂੰ, ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ, ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ, ਲੰਮੀਆਂ ਲੰਮੀਆਂ ਮੱਕੇ ਦੀ ਤਰਫ ਪੈਰ ਕਰਕੇ ਵਿਸ਼ਰਾਮ ਕਰਨ ਲੱਗੇ। ਥੋੜੇ ਚਿਰ ਬਾਅਦ
ਕਾਜ਼ੀਆਂ ਦੀ ਸੇਵਾ ਕਰਨ ਵਾਲਾ ਕਾਜ਼ੀ ਮੁੱਲਾ ਜੀ ਬਣਾਇਆ ਤੇ ਉਸਨੇ ਸ਼੍ਰੀ ਗੁਰੂ ਨਾਨਕ ਜੀ ਨੂੰ ਲੱਤ ਮਾਰ ਕੇ ਗਿਆ ਕਿ ਤੁਹਾਨੂੰ ਦਿਖਦਾ ਨਹੀਂ ਕਿ ਤੁਸੀਂ ਮੱਕੇ ਮਦੀਨੇ ਦੀ ਤਰਫ ਪੈਰ ਕਰਕੇ ਸੋ ਰਹੇ ਹੋ। ਇਹ ਸਾਡਾ ਪਵਿੱਤਰ ਸਥਾਨ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਮੈਂ ਬਹੁਤ ਥੱਕ ਚੁੱਕਿਆ ਹਾਂ, ਮੈਨੂੰ ਵਿਸ਼ਰਾਮ ਚਾਹੀਦਾ ਹੈ। ਮੈਨੂੰ ਤਾਂ ਪਤਾ ਨਹੀਂ ਕਿ ਪਰਮਾਤਮਾ ਦਾ ਘਰ ਕਿੱਥੇ ਹੈ। ਕਾਜ਼ੀ ਨੂੰ ਤਾਂ ਪਤਾ ਹੈ, ਇਸ ਲਈ ਉਹ ਹੀ ਗੁਰੂ ਜੀ ਦੇ ਪੈਰ ਦੂਜੀ ਦਿਸ਼ਾ ਵਿੱਚ ਕਰ ਦਿੱਤੇ। ਪਰ ਜਿਵੇਂ ਹੀ ਕਾਜ਼ੀ ਨੇ ਗੁਰੂ ਜੀ ਦੇ ਪੈਰ ਦੂਜੀ ਦਿਸ਼ਾ ਵਿੱਚ ਕੀਤੇ, ਮੱਕਾ ਘੁੰਮ ਕੇ ਉਸੇ ਦਿਸ਼ਾ ਵਿੱਚ ਆ ਗਿਆ। ਕਾਜ਼ੀ ਸਮਝ ਗਿਆ ਕਿ ਇਹ ਕੋਈ ਆਮ ਇਨਸਾਨ ਨਹੀਂ, ਇਹ ਤਾਂ ਖੁਦਾ ਦਾ ਬੰਦਾ ਹੈ। ਇਹ ਸੁਣ ਕੇ ਗੁਰੂ ਜੀ ਕਹਿੰਦੇ, ਐ ਖੁਦਾ ਦੇ ਬੰਦੇ, ਐ ਖੁਦਾ ਦੇ ਬੰਦੇ, ਪਰਮਾਤਮਾ ਦਿਸ਼ਾਵਾਂ ਵਿੱਚ ਵਾਸ ਨਹੀਂ ਕਰਦਾ, ਉਹ ਤਾਂ ਦਿਲਾਂ ਤੇ ਰਾਜ ਕਰਦਾ ਹੈ। ਚੰਗੇ ਕਰਮ ਕਰੋ ਤੇ ਗੁਰੂ ਨੂੰ ਪ੍ਰਾਪਤ ਕਰ ਲਵੋ। ਹੁਣ ਮੈਂ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹਾਂ। ਸਿਮਰ ਰੁਕਸ ਰਾਏ ਰਾ ਅਤ ਦਿਰ ਅਤ ਮਜ ਹੋਏ ਜੇ ਆਵੇ ਆਸ ਕਰ ਤਾਂ ਜਾਏ ਨੀ ਰਾਸਤੇ ਕਿ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਰ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਹੁਣ ਮੈਂ ਇਸ ਸ਼ਬਦ ਦਾ ਸਪਸ਼ਟੀਕਰਨ ਕਰਨਾ ਚਾਹੁੰਦੀ ਹਾਂ। ਸਿਮਰ ਰੁਕ ਦਾ ਉਦਾਹਰਨ ਦਿੰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਸਿਮਰ ਦਾ ਰੁੱਖ ਉੱਚਾ ਲੰਬਾ ਮੋਟਾ ਪਾਪ ਫੈਲਿਆ ਹੋਇਆ ਹੈ। ਇਸ ਦੇ ਪੰਛੀ ਫਲ ਲੈਣ ਦੀ ਆਸ਼ਾ ਲਈ ਆਉਂਦੇ ਹਨ ਪਰ ਉਹ ਨਿਰਾਸ਼ ਹੋ ਕੇ ਤੁਰ ਜਾਂਦੇ ਹਨ ਕਿਉਂਕਿ ਇਸ ਰੁੱਖ ਦੇ ਫਲ ਫਿੱਕੇ ਤੇ ਫੁੱਲ ਬਕ ਬਕੇ ਹਨ। ਗੁਰੂ ਜੀ ਸਾਨੂੰ ਨਿਮਰਤਾ ਧਾਰਨ ਕਰਨ ਦੀ ਸਿੱਖਿਆ ਦਿੰਦੇ ਹਨ। ਉਹ ਕਹਿੰਦੇ ਹਨ ਕਿ ਨਿਮਰਤਾ ਪਾਪ ਚੰਗਿਆਈਆਂ ਹੀ ਸਾਰੇ ਗੁਣਾਂ ਦਾ ਸਾਰ ਹੈ। ਵਾਹਿਗੁਰੂ ਜੀ ਕਾ ਖਾਲਸਾ ਲੋਂਦਾ